ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਨਮੋਲਪ੍ਰੀਤ ਹੈ ਅਤੇ ਮੈਂ ਬਠਿੰਡਾ ਦੀ ਰਹਿਣ ਵਾਲੀ ਹਾਂ। ਸਿੰਗਿੰਗ ਮੇਰਾ ਪੈਸ਼ਨ ਹੈ ਅਤੇ ਮੈਂ ਸਿੰਗਿੰਗ ਦੀ ਟ੍ਰੇਨਿੰਗ ਵੀ ਲੈ ਰਹੀ ਹਾਂ। ਇਸ ਤੋਂ ਇਲਾਵਾ ਮੈਨੂੰ ਡਾਂਸਿੰਗ ਕਰਨਾ ਬਹੁਤ ਅੱਛਾ ਲੱਗਦਾ ਹੈ, ਡਾਂਸਿੰਗ ਦੀ ਵੀ ਟ੍ਰੇਨਿੰਗ ਲੈ ਰਹੀ ਹਾਂ ਮੈਂ। ਮੇਰੇ ਮੰਮੀ ਪਾਪਾ ਮੈਨੂੰ ਸਿੰਗਿੰਗ ਵਿੱਚ ਬਹੁਤ ਸਪੋਰਟ ਕਰਦੇ ਨੇ। ਮੇਰਾ ਅਤੇ ਮੇਰੇ ਮੰਮਾ ਪਾਪਾ ਦਾ ਅਤੇ ਮੇਰੇ ਟੀਚਰ ਦਾ ਵੀ ਇਹ ਡ੍ਰੀਮ ਹੈ ਕਿ ਮੈਂ ਵੋਇਸ ਆਫ ਪੰਜਾਬ ਛੋਟਾ ਚੈਮ ਦੀ ਵਿਨਰ ਬਣਾ। ਸਰ, ਫੋਕ ਸੌਂਗ ਜੁੱਤੀ ਕਸੂਰੀ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰਾ ਪਾਵੇ ਸਾਨੂੰ ਤੁਰਨਾ ਪਿਆ ਓਏ, ਹਾਏ ਰਾ ਪਾਵੇ ਸਾਨੂੰ ਤੁਰਨਾ ਪਿਆ। ਜਿੰਨਾ ਰਹਾਂਦੀ ਮੈਂ ਸਾਰ ਨਾ ਜਾਣਾ, ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ ਓਏ, ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ। ਯਾਰ ਹੁਣ ਸਚਿਨ ਭਾਜੀ ਨੂੰ ਇੱਕ ਸੈਕਿੰਡ ਯਾਰ ਉੱਠਣਾ ਪਿਆ ਹੈ। ਇਹ ਕੀ ਕਰ ਰਹੇ ਹੋ ਤੁਸੀਂ? ਹੈ ਸੌਂਗ ਆ ਰਹੀ ਹੈ ਸਰ। ਮੈਂ ਸੁਣ, ਮੈਨੂੰ ਲੱਗਿਆ ਚੁਟਕਲਾ ਸੁਣਾ ਰਹੀ ਹੈ। ਇਹ ਕਿੱਦਾਂ ਦਾ ਗਾਇਆ ਤੁਸੀਂ? ਉਹ ਤਾਂ ਸਰ ਸੁਣ ਨਹੀਂ ਪਤਾ ਹੈ। ਤੇ ਤੁਹਾਨੂੰ ਪਤਾ ਹੀ ਨਹੀਂ ਫਿਰ ਗਾ ਕੀ ਰਹੇ ਹੋ? ਸਰ ਮੇਰੇ ਹਿਸਾਬ ਨਾਲ ਤਾਂ ਠੀਕ ਗਾਇਆ। ਪੱਕਾ? ਸਾਡੇ ਹਿਸਾਬ ਨਾਲ ਵੀ ਤੁਸੀਂ ਬਹੁਤ ਠੀਕ ਗਾਇਆ, ਬਹੁਤ ਅੱਛਾ ਗਾਇਆ। ਬਟ ਇਹ ਉਦੋਂ ਮਿਲਣਾ ਕਿ ਸਾਨੂੰ ਇੱਕ ਗਾਣਾ ਹੋਰ ਸੁਣਾ। ਕੱਲੀਆਂ ਗੁਜ਼ਾਰਾਂ ਕਿਵੇਂ ਰਾਤਾਂ ਕਾਲੀਆਂ, ਡੰਗਦੀਆਂ ਮੈਨੂੰ ਰੁੱਤਾਂ ਪਿਆਰ ਵਾਲੀਆਂ। ਕੱਲੀਆਂ ਗੁਜ਼ਾਰਾਂ ਕਿਵੇਂ ਰਾਤਾਂ ਕਾਲੀਆਂ, ਡੰਗਦੀਆਂ ਮੈਨੂੰ ਰੁੱਤਾਂ ਪਿਆਰ ਵਾਲੀਆਂ। ਤੇਰੇ ਬਾਜੋਂ ਜੀਣ ਲੱਗਦਾ ਮੈਂ ਤੇ ਮਰ ਗਈ ਤਾਂ, ਆ ਜਾ ਸੋਹਣਿਆ ਖਰ ਆ ਜਾ ਸੋਹਣਿਆ, ਆ ਜਾ ਸੋਹਣਿਆ ਹੋ। ਵੈਰੀ ਨਾਈਸ। ਆ ਜਾ ਨੈਕਸਟ ਰਾਊਂਡ 'ਚ, ਆ ਜਾ ਨੈਕਸਟ ਰਾਊਂਡ 'ਚ, ਮਿਲਦੇ ਹਾਂ ਜੀ ਨੈਕਸਟ ਰਾਊਂਡ 'ਚ। ਗੋਡ ਬਲੈਸ ਯੂ। ਥੈਂਕ ਯੂ ਸਰ।